ਆਇਆ ਯਾਰ ਦੀਪ ਯਾਰ, ਕਿਹਨਾਂ ਲੇਟ ਬਹੁਤ ਆ ਚੱਲੀ ਯਾਰ। ਹੋਰ ਠੀਕ ਹੈ? ਹਾਂ ਵਧੀਆ, ਹੋਰ ਸੱਚ? ਹਾਂ ਵਧੀਆ, ਲੇਟ ਬਾਹਲਾ ਹੋ ਗਿਆ ਯਾਰ। ਹੋਰ ਵਧੀਆ, ਘਰ ਪਰਿਵਾਰ ਸਾਰੇ ਠੀਕ ਹੈ? ਹਾਂ ਹਾਂ ਵਧੀਆ, ਤੂੰ ਸੁਣਾ ਆਪਦੀ ਕਿਵੇਂ? ਠੀਕ ਹੈ। ਲੇਟ ਕਿਵੇਂ ਬਾਹਲਾ ਹੋ ਗਿਆ? ਉਹ ਯਾਰ ਬਸ ਘਰ ਹੀ ਥੋੜ੍ਹਾ ਜਿਹਾ ਕੰਮ ਸੀਗਾ, ਥੋੜ੍ਹਾ ਜਿਹਾ ਉੱਧਰ ਹੋ ਜਾਏਗਾ। ਅੱਛਾ, ਉਹ ਯਾਰ ਦੀਪ ਤੂੰ ਤਾਂ ਲੇਟ ਹੀ ਬਾਹਲਾ ਕਰਾਤਾ ਯਾਰ, ਉਹੀ ਗੱਲ ਤੇਰੀ ਜਵਾਕ। ਬਸ ਯਾਰ ਮੈਨੂੰ ਥੋੜ੍ਹਾ ਘਰ ਕੰਮ ਆ ਗਿਆ ਸੀ, ਇਸ ਕਰਕੇ ਲੇਟ ਹੋ ਗਿਆ ਮੈਂ। ਉਹ ਪਤਾ ਕੀ ਗੱਲ ਹੈ, ਉਹ ਮੁੜ ਕੇ ਬੰਦਾ ਉਹ ਆਪਾਂ ਨੂੰ ਮਿਲਣਾ ਨਹੀਂ ਅੱਗੇ, ਮੈਂ ਆਹ ਗੱਲ ਕਰਦਾ ਤੈਨੂੰ। ਹੈਲੋ, ਅੱਛਾ ਫਿਰ ਇੱਥੇ ਰੁਕ ਜੇ ਜੀ, ਚੱਲ ਠੀਕ ਹੈ ਆ ਜਾ ਫਿਰ, ਅਸੀਂ ਖੜੇ ਹਾਂ ਇੱਥੇ। ਓਏ ਹੁਣ ਇੱਥੇ ਗੱਡੀ ਕਿਉਂ ਰੋਕਤੀ? ਉਹ ਕਹਿੰਦਾ ਇੱਥੇ ਹੀ ਆਉਣਾ ਮੈਂ, ਉਹਦੀ ਵੇਟ ਕਰਦੇ ਆਪਾਂ। ਚੱਲ ਠੀਕ ਹੈ, ਨਾਲੇ ਆਹ ਕੱਲ੍ਹ ਗੱਡੀ ਲੈ ਕੇ ਆਇਆ ਮੈਂ, ਦੇਖ। ਚਲੋ ਵਧਾਈਆਂ ਬਾਈ ਤੈਨੂੰ ਬਹੁਤ। ਅਤੇ ਆਹ ਦੇਖ 5700 ਰੁਪਏ ਦੀ ਐਨਕ ਇਹ ਸ਼ੋਰੂਮ 'ਚੋਂ ਅੱਜ ਹੀ ਲੈ ਕੇ ਆਇਆ, ਠੀਕ ਹੈ ਨਾ? ਨਾਲੇ ਦੋ ਦੋ ਫੋਨ ਰੱਖੀ ਦੇ। ਹਾਂ, ਉਹ ਕਿਹੜੀ ਚੀਜ਼ ਨਹੀਂ ਦੁਨੀਆ 'ਤੇ ਜਿਹੜਾ ਤੇਰਾ ਬਾਈ ਨਾ ਖਰੀਦ ਸਕੇ, ਠੀਕ ਹੈ ਨਾ? ਆਜਾ ਆਜਾ ਉਰੀ ਆਜਾ। ਓਏ ਹਾਂ, ਓ ਯਾਰ ਪਰੇ ਹੋ ਯਾਰ ਤੂੰ ਗੱਡੀ ਵਿੱਚ, ਸਸਤਾ ਕਰਕੇ ਲਗਾ ਦੂੰ ਇੱਕ। ਨਾ ਨਾ ਓ ਯਾਰ ਤੂੰ ਪਰੇ ਜਾ, ਆਪ ਕੋ ਦਵਾ ਲੱਗੇਗੀ ਬਾਬੂ ਜੀ, ਇੱਕ ਲੈ ਲਓ। ਓ ਯਾਰ ਮੈਨੂੰ ਦਵਾ ਨਹੀਂ ਚਾਹੀਦੀ ਯਾਰ, ਤੂੰ ਜਾ ਯਾਰ ਪਰੇ, ਲੈ ਲਓ ਬਾਬੂ ਜੀ ਇੱਕ ਲੈ ਲਓ। ਓ ਯਾਰ ਤੂੰ ਜਾ ਯਾਰ, ਦਵਾ ਲੱਗੇਗੀ ਬਾਬੂ ਜੀ, ਲੈ ਲਓ ਇੱਕ ਤੋਂ ਲੈ ਲਓ। ਓ ਯਾਰ ਕਿਤੋਂ ਹੋਰ ਜਾ ਕੇ ਮੰਗ ਭੀਖ ਯਾਰ ਤੂੰ। ਮੈਂ ਬਾਬੂ ਜੀ ਮੈਂ ਭੀਖ ਨਹੀਂ ਮੰਗਦਾ, ਮੈਂ ਆਪਣੀ ਹੱਕ ਕਾ ਕਮਾਤਾ ਹੂੰ ਬਾਬੂ ਜੀ। ਤੂੰ ਯਾਰ ਪਰੇ ਜਾ ਯਾਰ, ਲੈ ਲਓ ਬਾਬੂ ਜੀ ਇੱਕ ਤੋਂ। ਕਿਤਨੇ ਕੀ ਹੈ ਬਾਈ? 25 ਕਾ ਹੈ, 20 ਕਾ ਲਗਾ ਦੂੰਗਾ ਬਾਬੂ ਜੀ। ਆਪਕੋ ਮੇਰੀ ਔਰ ਮੇਰੇ ਬੱਚੋ ਕੀ ਦੁਆ ਲੱਗੇਗੀ ਬਾਬੂ ਜੀ। ਕੀ ਯਾਰ ਐਵੇਂ ਪੈਸੇ ਖਰਾਬ ਕਰੀ ਨੇ, 20 ਰੁਪਏ ਖਰਾਬ ਕਰਕੇ ਧਰਦੇ ਆ। ਬਾਬੂ ਜੀ ਹੈੱਡਫੋਨ ਲੈ ਲਓ ਜੀ। ਓਏ ਚੱਲ ਯਾਰ ਤੂੰ ਪਰਾਂ ਯਾਰ, ਇੱਕ ਪਹਿਲਾਂ ਆਇਆ ਸੀ। ਓਏ ਤੂੰ ਪਰੇ ਜਾ ਯਾਰ, ਮੈਂ ਨਹੀਂ ਲੈਣਾ ਯਾਰ। ਕਾਈ ਹੈ ਬਾਬੂ ਜੀ, ਲੈ ਲੈਣਾ ਉਹ, ਤੂੰ ਬਜਾ ਲੈ ਲਓ ਬਾਬੂ ਜੀ। ਕਿਤਨੇ ਕਾ ਭਈਆ? 100 ਕਾ ਜੀ। ਧੰਨਵਾਦ ਬਾਬੂ ਜੀ, ਪਰਮਾਤਮਾ ਆਪਣੇ ਤੰਦਰੁਸਤੀ ਬਖਸ਼ੀ। ਉਹ ਕੀ ਯਾਰ ਦੀਪ ਯਾਰ, ਕਮਾਲ ਕਰਦਾ ਤੂੰ, 100 ਰੁਪਈਆ ਖਰਾਬ ਕਰਦਾ ਯਾਰ। ਉਹ ਬੜਾ ਪੈਸਾ ਆ ਰਿਹਾ ਤੇਰੇ ਕੋਲ ਬਾਈ। ਯਾਰ ਤੂੰ ਪੈਸਾ ਤਾਂ ਬਹੁਤ ਕਮਾ ਲਿਆ, ਪਰ ਕਿਸੇ ਦਵਾ ਵੀ ਕਮਾ ਲਾ। ਉਹ ਦਵਾ ਦੂ ਨਾਲ ਕੁਛ ਨਹੀਂ ਹੁੰਦਾ ਅੱਜ ਕੱਲ੍ਹ, ਪੈਸਾ ਹੀ ਬਣ ਗਿਆ ਹਰ ਚੀਜ਼। ਪੈਸੇ ਨਾਲ ਆਉਂਦੀ ਹੈ ਗੱਡੀ, ਪੈਸੇ ਨਾਲ ਆਉਂਦਾ ਮਕਾਨ, ਪੈਸਾ ਹੀ ਹੈ ਸਾਰਾ ਕੁਛ, ਪੈਸਾ 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 ਦਵਾ। ਸਤਿ ਸ਼੍ਰੀ ਅਕਾਲ, ਕਿਵੇਂ ਹੋ? ਠੀਕ ਹੈ, ਪਰ ਸਿਰ 'ਚ ਸੱਟ ਆ ਉਹਦੀ, ਖੂਨ ਬਹੁਤ ਨਿਕਲਦਾ। ਇਹ ਦੀਪ ਹੋਇਆ ਕਿਵੇਂ ਸਾਰਾ ਕੁਝ? ਅਸੀਂ ਗੱਡੀ 'ਤੇ ਜਾ ਰਹੇ ਸੀਗੇ ਅਤੇ ਅਚਾਨਕ ਉਹਦਾ ਫੋਨ ਆ ਗਿਆ ਅਤੇ ਧਿਆਨ ਭੜਕ ਗਿਆ ਅਤੇ ਪਤਾ ਨਹੀਂ ਲੱਗਿਆ ਕਦੋਂ ਗੱਡੀ ਜਾ ਕੇ ਥੱਲੇ ਵੱਜੀ। ਮੈਨੂੰ ਤਾਂ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਵੀ ਉਹਦੇ ਨਹੀਂ ਸੱਟ ਵੱਜੀ, ਮੈਨੂੰ ਕੁਛ ਵੀ ਨਹੀਂ ਹੋਇਆ।
ਡਾਕਟਰ ਸਾਹਿਬ ਮੇਰਾ ਬੇਟਾ ਕਿਵੇਂ? ਉਹਨਾਂ ਦੇ ਸਿਰ 'ਚ ਕਾਫੀ ਸੱਟ ਹੈ, ਹਾਲੇ ਉਹਨਾਂ ਦੀ ਹਾਲਤ ਗੰਭੀਰ ਬਣੀ ਹੋਈ। ਡਾਕਟਰ ਸਾਹਿਬ ਤੁਸੀਂ ਪੈਸੇ ਦੀ ਕੋਈ ਪਰਵਾਹ ਨਾ ਕਰੋ, ਪੈਸਾ ਮੈਂ ਪਾਣੀ ਦੀ ਤਰ੍ਹਾਂ ਵਹਾ ਦੂੰਗਾ, ਪਰ ਮੇਰਾ ਬੇਟਾ ਠੀਕ ਹੋਣਾ ਚਾਹੀਦਾ। ਇੱਥੇ ਪੈਸਾ ਨਹੀਂ, ਇੱਥੇ ਦੁਆ ਕੰਮ ਕਰਦੀ ਹੈ। ਤੁਸੀਂ ਦੁਆ ਕਰੋਗੇ ਉਹ ਜਲਦੀ ਹੀ ਠੀਕ ਹੋ ਜਾਏ। ਇੱਥੇ ਪੈਸਾ ਨਹੀਂ, ਇੱਥੇ ਦੁਆ ਕਰੋ। ਆਪਕੋ ਮੇਰੀ ਔਰ ਮੇਰੇ ਬੱਚੋਂ ਕੀ ਦੁਆ ਲੱਗੇਗੀ ਬਾਬੂ ਜੀ? ਮੈਨੂੰ ਤਾਂ ਇੱਕ ਗੱਲ ਸਮਝ ਨਹੀਂ ਆਉਂਦੀ, ਜਿਹਦੇ ਨਹੀਂ ਸਕਦਾ ਜੀ, ਮੈਨੂੰ ਕੁਛ ਨਹੀਂ ਪਤਾ। ਧੰਨਵਾਦ ਬਾਬੂ ਜੀ, ਪਰਮਾਤਮਾ ਆਪ ਨੂੰ ਤੰਦਰੁਸਤੀ ਬਖਸ਼ੇ। ਹੋਰ ਦੁਆ ਦੂ ਨਾਲ ਕੁਛ ਨਹੀਂ ਹੁੰਦਾ ਅੱਜ ਕੱਲ੍ਹ। ਕੰਗਰੈਚੁਲੇਸ਼ਨਸ, ਤੁਹਾਡਾ ਰਸਤਾ ਹੁਣ ਖਤਰੇ ਤੋਂ ਬਾਹਰ ਹੈ, ਤੁਹਾਡੀਆਂ ਦੁਆਵਾਂ ਕੰਮ ਲਾਈਆਂ। ਚੈਨਲ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਬੈਲ ਦੇ ਆਈਕਨ 'ਤੇ ਕਲਿੱਕ ਕਰੋ। ਜੇਕਰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ। ਧੰਨਵਾਦ ਜੀ।